ਚਿੜੀ ਅਤੇ ਕਾਂ। ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਦੱਸਣਾ ਕਿ ਸਾਨੂੰ ਜਲਦੀ ਕਿਸੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਸੁੰਦਰਵਨ ਨਾਂ ਦਾ ਇੱਕ ਜੰਗਲ ਸੀ। ਉਸ ਜੰਗਲ ਵਿੱਚ ਬਹੁਤ ਸਾਰੇ ਪਸ਼ੂ ਪੰਛੀ ਰਹਿੰਦੇ ਸਨ। ਜੰਗਲ ਦੇ ਵਿੱਚੋਂ ਵਿੱਚ ਇੱਕ ਨਦੀ ਵਗਦੀ ਸੀ। ਨਦੀ ਦੇ ਕੰਢੇ ਉੱਪਰ ਇੱਕ ਪਿੱਪਲ ਦਾ ਰੁੱਖ ਸੀ। ਉਸ ਰੁੱਖ ਉੱਤੇ ਇੱਕ ਚਿੜੀ ਆਪਣੇ ਆਲਣੇ ਵਿੱਚ ਰਹਿੰਦੀ ਸੀ। ਇੱਕ ਦਿਨ ਚਿੜੀ ਸਵੇਰੇ ਦਾਣਾ ਚੁਗਣ ਗਈ। ਦਾਣਾ ਚੁਗਦੇ ਚੁਗਦੇ ਉਸਨੂੰ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਸ਼ਾਮ ਹੋ ਗਈ। ਉਹਨੂੰ ਸੋਚਣ ਲੱਗੀ ਕਿ ਘਰ ਕਿਵੇਂ ਜਾਵੇ, ਰਾਤ ਬਹੁਤ ਹੋ ਗਈ ਹੈ। ਉਸਨੇ ਮਨ ਵਿੱਚ ਸੋਚਿਆ ਕਿ ਕਿਉਂ ਨਾ ਰਾਤ ਇੱਥੇ ਹੀ ਰੁਕ ਜਾਵੇ, ਸਵੇਰ ਹੁੰਦਿਆਂ ਹੀ ਵਾਪਸ ਚਲੀ ਜਾਵੇਗੀ। ਚਿੜੀ ਰਾਤ ਨੂੰ ਉੱਥੇ ਹੀ ਰੁਕ ਗਈ। ਉਸੇ ਸ਼ਾਮੀ ਇੱਕ ਕਾਂ ਉਧਰ ਤੋਂ ਉੱਡ ਰਿਹਾ ਸੀ। ਉੱਡਦੇ ਉੱਡਦੇ ਉਸੇ ਰੁੱਖ ਤੇ ਰੁਕ ਗਿਆ। ਉਸਨੇ ਆਲਾ ਦੁਆਲਾ ਵੇਖਿਆ ਪਰ ਉਸਨੂੰ ਉੱਥੇ ਕੁਝ ਨਜ਼ਰ ਨਾ ਆਇਆ। ਉਸਨੇ ਆਲਣੇ ਵਿੱਚ ਹੀ ਰੁਕਣ ਬਾਰੇ ਸੋਚਿਆ। ਕਾਂ ਪੂਰੀ ਰਾਤ ਉਸ ਆਲਣੇ ਵਿੱਚ ਰਿਹਾ। ਅਗਲੇ ਸਵੇਰ ਜਦੋਂ ਚਿੜੀ ਆਪਣੇ ਆਲਣੇ ਕੋਲ ਪੁੱਜੀ ਤਾਂ ਉਸਨੇ ਕਾਂ ਨੂੰ ਆਲਣੇ ਵਿੱਚ ਆਰਾਮ ਕਰਦਿਆਂ ਵੇਖਿਆ। ਚਿੜੀ ਨੂੰ ਬਹੁਤ ਗੁੱਸਾ ਆਇਆ। ਉਸਨੇ ਕਾਂ ਨੂੰ ਗੁੱਸੇ ਵਿੱਚ ਆਖਿਆ, ਤੂੰ ਇੱਥੇ ਕੀ ਕਰਨ ਆਇਆ ਹੈ? ਚੱਲ ਜਾ, ਨਿਕਲ ਜਾ, ਇਹ ਮੇਰਾ ਘਰ ਹੈ, ਮੈਂ ਦਿਨ ਰਾਤ ਮਿਹਨਤ ਕਰਕੇ ਇਸ ਨੂੰ ਬਣਾਇਆ ਹੈ। ਕਾਂ ਕਹਿਣ ਲੱਗਾ, ਤੂੰ ਚੁੱਪ ਕਰ, ਇਹ ਮੇਰਾ ਘਰ ਹੈ। ਦੋਵੇਂ ਆਪਸ ਵਿੱਚ ਬਹਿਸ ਕਰਨ ਲੱਗੇ। ਰੁੱਖ ਦੇ ਨੇੜਿਓਂ ਇੱਕ ਬਿੱਲਾ ਲੰਘ ਰਿਹਾ ਸੀ। ਉਹ ਉਹਨਾਂ ਦੋਵਾਂ ਦੀ ਬਹਿਸ ਸੁਣ ਕੇ ਰੁਕ ਗਿਆ। ਚਿੜੀ ਨੇ ਬਿੱਲੇ ਨੂੰ ਵੇਖਿਆ ਤੇ ਕਹਿਣ ਲੱਗੀ ਕਿ ਤੂੰ ਹੀ ਸਾਡਾ ਫੈਸਲਾ ਕਰਵਾ। ਕਾਂ ਕਹਿਣ ਲੱਗਾ, ਸਾਡੇ ਵਿੱਚੋਂ ਜਿਹੜਾ ਸੱਚਾ ਹੋਵੇਗਾ ਉਸਨੂੰ ਆਲਣਾ ਮਿਲ ਜਾਵੇਗਾ ਤੇ ਜਿਹੜਾ ਝੂਠਾ ਹੋਵੇਗਾ ਤੂੰ ਉਸਨੂੰ ਖਾ ਜਾਵੀ। ਬਿੱਲਾ ਕਹਿਣ ਲੱਗਾ, ਨਾ ਬਈ ਨਾ, ਮੈਂ ਹੁਣ ਇਹ ਪਾਪ ਨਹੀਂ ਕਰ ਸਕਦਾ, ਮੈਂ ਹੁਣ ਸੁਧਰ ਗਿਆ ਹਾਂ। ਤੁਸੀਂ ਦੋਵੇਂ ਮੇਰੇ ਕੋਲ ਆਓ ਤੇ ਵਿਸਥਾਰ ਨਾਲ ਆਪਣੀ ਆਪਣੀ ਗੱਲ ਦੱਸੋ ਤਾਂ ਕਿ ਮੈਂ ਸਹੀ ਫੈਸਲਾ ਲੈ ਸਕਾਂ। ਚਿੜੀ ਅਤੇ ਕਾਂ ਬਿੱਲੇ ਦੀਆਂ ਗੱਲਾਂ ਵਿੱਚ ਆ ਗਏ। ਜਿਵੇਂ ਹੀ ਉਹ ਦੋਵੇਂ ਬਿੱਲੇ ਕੋਲ ਪੁੱਜੇ, ਬਿੱਲੇ ਨੇ ਇੱਕੋ ਹੀ ਝਪੱਟੇ ਵਿੱਚ ਦੋਹਾਂ ਨੂੰ ਪੰਜੇ ਵਿੱਚ ਫਸਾ ਲਿਆ ਤੇ ਉਹਨਾਂ ਨੂੰ ਖਾ ਗਿਆ। ਆਲਣਾ ਖਾਲੀ ਦਾ ਖਾਲੀ ਰਹਿ ਗਿਆ।